ਊਰਜਾ ਸ਼ਬਦ ਦਾ ਪ੍ਰਯੋਗ ਸਾਡੇ દૈનિક ਜੀਵਨ ਵਿੱਚ ਆਮ ਹੁੰਦਾ ਹੈ ਇਹ ਊਰਜਾ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ਇਸ ਦੇ ਬਹੁਤ ਸਾਰੇ ਸਰੋਤ ਹਨ ਪਰ ਸੂਰਜ ਸਾਡੇ ਲਈ ਊਰਜਾ ਦਾ ਸਭ ਤੋਂ ਵੱਡਾ ਪ੍ਰਕਿਰਤਿਕ ਸਰੋਤ ਹੈ ਸਾਨੂੰ ਕੰਮ ਕਰਨ ਲਈ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ ਪਰ ਵਿਗਿਆਨਿਕ ਭਾਸ਼ਾ ਵਿੱਚ ਊਰਜਾ ਦਾ ਨਿਸ਼ਚਿਤ ਅਰਥ ਕੀ ਹੈ ਆਓ ਇਸ ਨੂੰ ਕੁਝ ਉਦਾਹਰਨਾਂ ਨਾਲ ਸਮਝੀਏ ਤੁਸੀਂ ਸਾਰਿਆਂ ਨੇ ਕ੍ਰਿਕਟ ਖੇਡਿਆ ਹੋਵੇਗਾ ਜਦੋਂ ਤੇਜ਼ ਵੇਗ ਗਤੀਸ਼ੀਲ ਕ੍ਰਿਕਟ ਦੀ ਗੇਂਦ ਸਥਿਰ ਵਿਕਟਾਂ ਨਾਲ ਟਕਰਾਉਂਦੀ ਹੈ ਤਾਂ ਵਿਕਟ ਜਾਂ ਤਾਂ ਆਪਣੀ ਜਗ੍ਹਾ ਤੋਂ ਹਿਲ ਜਾਂਦੇ ਹਨ ਜਾਂ ਦੂਰ ਡਿਗਦੇ ਹਨ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਵਸਤੂ ਨੂੰ ਕਿਸੇ ਨਿਸ਼ਚਿਤ ਉਚਾਈ ਉੱਤੇ ਉਠਾਉਂਦੇ ਹਾਂ ਤਾਂ ਉਦੋਂ ਉਸ ਵਿੱਚ ਕਾਰਜ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ ਇੱਕ ਹੋਰ ਉਦਾਹਰਣ ਲਈਏ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਉਚਾਈ ਤੱਕ ਉਠਾਇਆ ਗਿਆ ਹਥੌੜਾ ਜਦੋਂ ਲੱਕੜੀ ਜਾਂ ਦੀਵਾਰ ਤੇ ਲਾਈ ਹੋਈ ਕਿਲ ਉੱਤੇ ਕਿਰਿਆ ਕਰਦਾ ਹੈ ਤਾਂ ਹਥੌੜਾ ਕਿਲ ਨੂੰ ਲੱਕੜੀ ਜਾਂ ਦੀਵਾਰ ਵਿੱਚ ਠੋਕ ਦਿੰਦਾ ਹੈ ਇਨ੍ਹਾਂ ਸਾਰੀਆਂ ਉਦਾਹਰਨਾਂ ਵਿੱਚ ਵਸਤੂਆਂ ਪਿੰਨ ਪਿੰਨ ਪ੍ਰਕਾਰ ਤੋਂ ਕਾਰਜ ਕਰਨ ਦੀ ਸਮਰੱਥਾ ਗ੍ਰਹਿਣ ਕਰਦੀਆਂ ਹਨ ਅਗਰ ਕਿਸੇ ਵਸਤੂ ਵਿੱਚ ਕਾਰਜ ਕਰਨ ਦੀ ਸਮਰੱਥਾ ਹੈ ਤਾਂ ਕਿਹਾ ਜਾਂਦਾ ਹੈ ਕਿ ਉਸ ਵਿੱਚ ਊਰਜਾ ਹੈ ਕਿਸੇ ਵਸਤੂ ਵਿੱਚ ਸਮਾਈ ਊਰਜਾ ਨੂੰ ਉਸ ਦੀ ਕਾਰਜ ਕਰਨ ਦੀ ਸਮਰੱਥਾ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ ਇਸ ਲਈ ਬੱਚਿਓ ਊਰਜਾ ਦੀ ਇਕਾਈ ਵੀ ਉਹੀ ਹੈ ਜੋ ਕਾਰਜਦੀ ਹੈ ਸੋ ਊਰਜਾ ਦੀ ਮਾਤਰਕ ਇਕਾਈ ਵੀ ਜੂਲ ਹੀ ਹੈ ਭਾਵ 1 ਜੂਲ ਕਾਰਜ ਕਰਨ ਲਈ ਸਾਨੂੰ 1 ਜੂਲ ਊਰਜਾ ਦੀ ਮਾਤਰਾ ਚਾਹੀਦੀ ਹੈ ਊਰਜਾ ਦੀ ਵੱਡੀ ਮਾਤਰਾਕ ਇਕਾਈ ਕਿਲੋ ਜੂਲ ਹੈ ਜੋ ਕਿ 1000 ਜੂਲ ਦੇ ਬਰਾਬਰ ਹੁੰਦੀ ਹੈ